ਲੋਕ ਸਭਾ ਹਲਕਾ ਖਡੂਰ ਸਾਹਿਬ ਦੀਆਂ ਚੋਣਾਂ ਹੁੰਦਿਆਂ ਸਾਰੀ ਪੁਰਾਣੀ ਰੰਜਿਸ਼ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ। ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਐਮਾ ਕਲਾਂ ਵਿਖੇ ਅਕਾਲੀ ਪਾਰਟੀ ਤੇ ਕਾਂਗਰਸ ਪਾਰਟੀ ਆਪਸ ਦੇ ਵਿਚ ਭਿੜੇ ਨੇ ਤੇ ਇਕ ਦੂਜਿਆਂ ਦੇ ਘਰਾਂ ਦੀ ਭੰਨਤੋੜ ਕੀਤੀ ਹੈ। ਘਰਾਂ ਦੇ ਵਿਚ ਨਾ ਤਾਂ ਇਹ ਹੁਣ ਪਾਣੀ ਪੀ ਸਕਦੇ ਨੇ ਤੇ ਨਾ ਹੀ ਰੋਟੀਆਂ ਪਕਾ ਸਕਦੇ ਨੇ। ਦੋਵਾਂ ਧਿਰਾਂ ਗੰਭੀਰ ਰੂਪ ਦੇ ਵਿਚ ਜ਼ਖਮੀ ਹੋਈਆਂ ਨੇ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਦੇ ਵਿਚ ਦਾਖਲ ਕਰਵਾਇਆ ਗਿਆ। ਜਦੋਂ ਇਸ ਘਟਨਾ ਦਾ ਪੁਲਿਸ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਦੇ ਉੱਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਦੇ ਵਿਚ ਜੁਟ ਗਏ। ਇੱਕ ਘਰ ਤਾਂ ਇਸ ਕਦਰ ਟੁੱਟ ਗਿਆ ਕਿ ਇੱਕ ਮਾਂ ਆਪਣੇ ਬੱਚਿਆਂ ਨੂੰ ਲੈ ਕੇ ਟੁੱਟੇ ਚੁੱਲ੍ਹੇ ਅੱਗੇ ਬੈਠੀ ਰੋ ਰਹੀ ਹੈ। ਪਿੰਡ ਐ ਮਾਂ ਭਾਜੀ, ਗੱਲ ਤੇ ਕੋਈ ਨੀ, ਇਹਦੇ ਨੇ ਘਰੇ ਆ ਨਿੱਕੇ ਨਿੱਕੇ ਬੱਚੇ ਲੈ ਕੇ ਬੈਠੇ ਹਾਂ ਤੇ ਆਣ ਘਰੇ ਪਏ ਆ ਸਾਡੇ। ਤੁਸੀਂ ਬੜੇ ਜੱਬਾ ਨਾ ਅਸੀਂ ਭੱਜੇ ਇਹਨਾਂ ਦੇ ਕੋਲੋਂ ਛੁੱਟ ਕੇ, ਸਾਰਾ ਸਮਾਨ ਭਾਜੀ ਤੋੜ ਗਏ ਸਾਡਾ। ਗੁਰਪ੍ਰੀਤ ਦੇ ਮੁੰਡੇ ਸਾਰੇ ਆਏ, 40 ਘਰ ਜੋ ਸਾਰੇ ਆਣ ਪਏ ਹਨ, ਸਾਰਾ ਤੋੜ ਭੰਨ ਗਿਆ ਸਾਡਾ ਭਾਜੀ। ਕੋਈ ਚੀਜ਼ ਨੀ ਉਹਨਾਂ ਰਹਿਣ ਦੀ, ਸਿਲੰਡਰ ਸਾਰਾ ਕੁਛ ਤੋੜ ਗਿਆ ਸਾਡਾ, ਸਾਰੀਆਂ ਚੀਜ਼ਾਂ ਭੰਤੀਆਂ, ਫਰਿੱਜਾਂ, ਐਲਸੀਡੀ ਸਾਰਾ ਕੁਛ ਤੋੜ ਗਿਆ ਭਾਜੀ ਸਾਡਾ। ਹਾਂਜੀ ਭਾਜੀ, ਗੁੰਡਾਗਰਦੀ ਇਹਨਾਂ ਕੀਤੀ ਭਾਜੀ, ਵੋਟਾਂ ਕਰਕੇ ਹੀ ਹੋਇਆ ਹੋਗਾ, ਇਹਨਾਂ ਵੋਟਾਂ ਦੇ ਕਰਕੇ ਡੈ ਸਾਰਾ ਕੁਛ ਕਰਨ। ਪਹਿਲਾਂ ਵੀ 2018 ਪਰਚਾ ਆਇਆ ਸੀ 26 ਦਾ ਪਹਿਲਾਂ ਆਇਆ ਜੀ 2018 ਦੇ ਵਿਚ ਜਿਹਦੇ ਵਿਚ ਦੋ ਬੰਦੇ PO ਹਜੇ ਤੱਕ ਅਰੈਸਟ ਨੀ ਪਾਈ ਉਹਦੀ ਪੁਲਿਸ ਨੇ। ਫਿਰ ਉਹਦੇ ਤੋਂ ਬਾਅਦ 19/19 ਪਰਚਾ ਆਇਆ ਜਿਹਦੇ ਵਿੱਚ 3 ਬੰਦਿਆਂ ਦੀ ਅਰੈਸਟ ਨਹੀਂ ਪਾਈ ਪੁਲਿਸ ਨੇ। ਹੁਣ ਇਹ ਜਿਹੜਾ ਵੀ ਕੁਝ ਹੋਣ ਡਿਆ ਇਹ ਸਾਰਾ ਦੇਣ ਹੀ ਪੁਲਿਸ ਦੀ, ਅਸੀਂ ਤੇ ਕਿਸੇ ਦੀ ਪਿੰਡ ਵਾਲੇ ਦੀ ਦੂਜੇ ਤੀਜੇ ਦੀ ਰੰਜਿਸ਼ ਗਿੰਦੇ ਨਹੀਂ, ਕਿਉਂਕਿ ਥਾਣੇ 'ਚ ਪਰਚੇ ਵਾਲੇ ਆ, PO ਆ, ਸਾਰੇ ਬੰਦੇ ਆਣ ਕੇ ਟੌਰ ਨਾਲ ਕੰਮ ਕਰਨ ਡਏ ਆ। ਤੁਸੀਂ ਕਿਸ ਪਾਰਟੀ ਨਾਲ ਬਿਲੋਂਗ ਕਰਦੇ ਹੋ? ਅਸੀਂ ਬਿਲਕੁਲ ਕਾਂਗਰਸ ਨਾਲ ਬਿਲੋਂਗ ਕਰਦੇ ਹਾਂ ਜੀ। ਜਿਨ੍ਹਾਂ ਨੇ ਹਮਲਾ ਕੀਤਾ? ਜਿਨ੍ਹਾਂ ਨੇ ਹਮਲਾ ਕੀਤਾ ਅਕਾਲੀ ਦਲ ਨਾਲ ਕਰਦੇ ਆ। ਇੱਥੇ ਪੁਲਿਸ ਆਈ ਹੋਈ ਆ, ਘਰਾਂ ਦੇ ਵਿੱਚ ਪੁਲਿਸ ਆਉਂਦੀ ਆ, ਪੈਸੇ ਲੈ ਕੇ ਵਾਪਸ ਚੱਲ ਜਾਂਦੀ ਆ। ਅੱਜ ਵੀ ਇੱਕ ਵੀ ਬੰਦੇ ਨੂੰ ਨਹੀਂ ਫੜਿਆ, 3 ਬੰਦੇ ਜਿਹੜੇ ਆ, ਜਿਹੜੇ PO ਪਿੰਡ ਆ, ਉਹ ਪਰੇ ਬੈਠੇ ਆ ਇੱਥੇ ਘਰੇ ਹੀ ਆਪਣੇ। ਜਦੋਂ ਵੀ ਮੌਕਾ ਮਿਲਦਾ ਉਦੋਂ ਆਣ ਕੇ ਨੁਕਸਾਨ ਕਰਦੇ ਆ। ਹੁਣ ਇਹਨਾਂ ਦੇ ਪਰਿਵਾਰ ਦੇ 3 ਜੀ ਜਿਹੜੇ ਆ ਉਹ ਕਸੇਲ ਹਸਪਤਾਲ ਫੱਟੜ ਹੋਏ ਪਏ ਆ, ਤਿੰਨਾਂ ਦੀ 300-307 ਲੱਗੀ ਆ। ਇਹਨਾਂ ਦੀ ਮਾਤਾ ਦੀ ਬਾਂਹ ਟੁੱਟੀ ਆ, ਉਹਦੀ ਸ਼ਾਇਦ ਰਿਜ਼ਲਟ ਅੱਜ ਆ ਜੇ ਉਹਦਾ ਵੀ। ਕੀ ਮੰਗ ਕਰਦੇ? ਅਸੀਂ ਤਾਂ ਮੰਗ ਇਹੋ ਕਰਦੇ ਹਾਂ ਵੀ ਜਾਂ ਤਾਂ ਝਬਾਲ ਥਾਣੇ ਨੂੰ ਬੰਦ ਕਰਕੇ ਇੱਥੋਂ ਪੱਕਾ ਹੀ ਖਤਮ ਕਰ ਦਿੱਤਾ ਜਾਵੇ ਅਤੇ ਗੁੰਡਾਗਰਦੀ ਦਾ ਰਾਜ ਸਾਡੇ ਉੱਤੇ ਹੋ ਜੇ, ਅਤੇ ਜਾਂ ਪੁਲਿਸ ਪ੍ਰਸ਼ਾਸਨ ਕੁਝ ਇਸ ਤਰ੍ਹਾਂ ਕਰੇ ਵੀ ਜਿਨ੍ਹਾਂ 'ਤੇ ਵੀ ਕਾਰਵਾਈ ਬਣਦੀ ਆ, ਚਾਹੇ ਇਸ ਪਰਿਵਾਰ ਵਾਲੇ ਗਲਤ ਆ ਜਾਂ ਦੂਜੇ ਪਰਿਵਾਰ ਵਾਲੇ ਗਲਤ ਆ, ਜਿਹੜਾ ਵੀ ਬੰਦਾ ਗਲਤ ਆ ਉਹਨੂੰ ਚੁੱਕ ਕੇ ਅੰਦਰ ਦਿੱਤਾ ਜਾਵੇ। ਇਸ ਵਕਤ ਤਾਂ ਇਹਨਾਂ ਦੀ ਰੋਟੀ ਵੇਖੋ ਜੀ, ਲਾਗੋਂ ਬੰਨੇ ਉਹ ਘਰਾਂ ਤੋਂ ਚੱਲਣ ਡਈ ਆ, ਇਸੇ ਤਰ੍ਹਾਂ ਹੀ ਦੂਜੇ ਬੰਨੇ ਚੱਲਣ ਡਈ ਆ। ਇਹ ਗੁੰਡਾਗਰਦੀ ਜਿਹੜੀ ਆ ਸਿਰਫ ਤੇ ਸਿਰਫ ਪੁਲਿਸ ਪ੍ਰਸ਼ਾਸਨ ਹੀ ਕਰਾਉਣ ਡਿਆ ਜੀ, ਪਿਛਲੀਆਂ ਵੋਟਾਂ ਤੋਂ ਹੀ, MLA ਦੀ ਸਾਹਿਬ ਤੋਂ ਹੀ। ਪਰ ਉਦੋਂ ਬਾਅਦ ਜਿਹੜੀ ਆ ਕੱਲ ਲੜਾਈ ਹੋਈ ਆ ਇਹਨਾਂ ਦੀ, ਇਸ ਸਿਰਫ ਪਿਛਲੀ ਰੰਜਿਸ਼ ਤੋਂ ਤੁਰੀ ਆਈ ਆ ਜੀ। ਗੁਰਪ੍ਰੀਤ ਸਿੰਘ ਕਲਾਂ, ਕਾਰਨ ਇਹ ਹੋਇਆ ਇਹ ਮੁੰਡਿਆਂ ਦੀ ਲੜਾਈ ਸੀ, ਅਤੇ ਦੂਜਾ ਮਾਰਾ ਇਹ ਸਵੇਰੇ ਮੁੰਡੇ ਲੜੇ ਆ, ਮੁੰਡੇ ਦੇ ਗਲ ਪਏ ਆ ਜੀ। ਇਹਨੇ ਆਖਿਆ ਵੇਖਣਾ, ਅਤੇ ਹੁਣ ਮੁੰਡੇ ਮੇਰੇ ਨੇ ਆਖਿਆ ਵੀ ਵੇਖ ਲਾ, ਅਤੇ ਇਹਦੀ ਮੰਮੀ ਨੇ ਡਾਹਿਆ ਵਾ, ਮੁੜ ਕੇ ਦੋਵੇਂ ਪੈ ਗਏ ਮੈਂ। ਜਦੋਂ ਇਹਨੇ ਮਾਂ ਇਹਦੀ ਨੇ ਆਖਿਆ ਇਕੱਲਾ ਇਕੱਲੇ ਨੂੰ ਵੇਖਣ ਦਿਉ, ਫੌਜੀ ਮੁੰਡਾ ਉਹ ਡੱਕਦਾ ਸੀ, ਉਹਨੇ ਆਖਿਆ ਵੀ ਇਕੱਲੇ ਇਕੱਲੇ ਨੂੰ ਵੇਖਣ ਦਿਉ। ਅਤੇ ਇਹਨੇ ਮੁੰਡੇ ਮੇਰੇ ਨੇ ਮੁੜ ਕੇ ਜਦੋਂ ਨਾਸਾਂ 'ਤੇ ਛੱਡੀਆਂ, ਅਤੇ ਮੁੜ ਕੇ ਮਾਂ ਨੌ ਸੱਸ ਪੈ ਗਈਆਂ ਇਹ, ਅਤੇ ਮੁੜ ਕੇ ਫਿਰ ਇਹ ਚਾਦਾ ਕਾ ਵੱਧ ਗਿਆ।
ਪਹਿਲਾਂ ਆਡਾ ਟੁੱਟਾ ਹਾਂ ਇੱਥੇ ਹੁਣ ਤੇ ਹਾਂਜੀ ਤੇ ਉਹਨਾਂ ਦਾ ਘਰ ਵੀ ਸਾਰੇ ਟੁੱਟੇ ਪਏ ਨੇ ਅੱਛਾ ਉਹ ਕਿਸ ਤਰ੍ਹਾਂ ਉਹ ਫਿਰ ਇਹਨਾਂ ਨੇ ਤੋੜਿਆ ਹੋਊਗੇ ਲੜਾਈ ਕਾਰਨ ਇਹ ਆ ਵੀ ਇੱਕ ਦੂਜੇ ਲਿਆਂਦੇ ਵੇਖਦੇ ਤਾਂ ਇਸ ਗੱਲੋਂ ਐਰਕੀ ਲੜਾਈ ਹੋਈ ਆ ਇਹ ਅਮਰੀਕ ਸਿੰਘ ਦਾ ਗੁਰਪ੍ਰੀਤ ਸਿੰਘ ਹੋਰਾਂ ਨਾਲ ਕੋਈ ਪੁਰਾਣੀ ਰੰਜਿਸ਼ ਸੀਗੀ ਜਿਹਦੇ ਤਹਿਤ ਇਹਨਾਂ ਪੁਰਾਣਾ ਚੱਲਦੀ ਆ ਰਹੀ ਸੀ ਕੱਲ੍ਹ ਗੁਰਪ੍ਰੀਤ ਹੋਣੀ ਅਮਰੀਕ ਸਿੰਘ ਦੇ ਘਰ ਜਾ ਕੇ ਪਏ 10-12 ਜਣੇ ਉਹਦੇ 3 ਦੋ ਲੜਕਿਆਂ ਅਤੇ ਇੱਕ ਉਹਦੀ ਵਾਈਫ ਦੇ ਸੱਟਾਂ ਮਾਰੀਆਂ ਇਹਨਾਂ ਨੇ ਦਾਤਰਾਂ ਦੇ ਨਾਲ ਸਿਰ ਦੇ ਵਿੱਚ ਉਹ ਜੋ ਹਸਪਤਾਲ ਦੇ ਵਿੱਚ ਦਾਖਲ ਹੈ ਜਿਹਨਾਂ ਦੀ ਅੱਜ ਸਟੇਟਮੈਂਟ ਲਈ ਗਈ ਆ ਉਸ ਸੰਬੰਧੀ ਮੁਕਦਮਾ ਦਰਜ ਕੀਤਾ ਜਾ ਰਿਹਾ ਪਰ ਪਿੰਡ ਵਿੱਚ ਦੱਸਿਆ ਜਾ ਰਿਹਾ ਇੱਕ ਪਾਸੇ ਪੋਸਟਰ ਅਕਾਲੀਆਂ ਦੇ ਲੱਗੇ ਨੇ ਬੀਬੀ ਜੀ ਗੀਰ ਕੌਰ ਦੇ ਦੂਜੇ ਪਾਸੇ ਲੱਗੇ ਨੇ ਡਿੰਪਾ ਜੀ ਦੇ ਉਹ ਪਾਰਟੀ ਬਾਜੀ ਤਾਂ ਪਿੰਡ ਦੇ ਵਿੱਚ ਹੁੰਦੀ ਆ ਵੀ ਵੱਖੋ ਵੱਖ ਪਾਰਟੀਆਂ ਦੇ ਬੰਦੇ ਹੁੰਦੇ ਆ ਪਰ ਇਹ ਝਗੜੇ 'ਚ ਕੋਈ ਪਾਰਟੀ ਬਾਜੀ ਨਹੀਂ ਆਈ ਕਿੰਨੇ ਜਣੇ ਜ਼ਖਮੀ ਹੈਗੇ ਨੇ ਇਹਦੇ 'ਚ 3 ਜਣੇ ਜ਼ਖਮੀ ਨੇ ਕਿਹੜੇ ਕਿਹੜੇ ਹਸਪਤਾਲ 'ਚ ਦਾਖਲ ਨੇ ਇੱਥੋਂ ਕਸੇਲ ਹਸਪੀਟਲ ਦਾਖਲ ਨੇ ਝਬਾਲ ਦੇ ਵਿੱਚ ਗੁਰਪ੍ਰੀਤ ਸਿੰਘ ਦਾਖਲ ਹੈ ਜਿਨ੍ਹਾਂ ਨੇ ਸੱਟਾਂ ਮਾਰੀਆਂ ਸੀ ਉਹਨਾਂ ਦਾ ਵੀ ਇੱਕ ਬੰਦਾ ਦਾਖਲ ਆ ਉਹ ਝਬਾਲ ਦਾਖਲ ਹੈ ਤੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਮੁਕਦਮਾ ਦਰਜ ਕੀਤਾ ਜਾ ਰਿਹਾ ਜੀ 323-452 ਵਗੈਰਾ ਦੇ ਦੋਨਾਂ ਦਿਨਾਂ ਦੀ ਸਰ ਨਹੀਂ ਜੀ ਅਮਰੀਕ ਸਿੰਘ ਤੁਹਾਡੇ ਵੱਲੋਂ ਦੂਜਿਆਂ ਦਾ ਕੋਈ ਜਦੋਂ MLR ਜਾਂ ਕੋਈ ਆਏਗਾ ਰਿਜ਼ਲਟ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ